ਹਾਂਜੀ ਦੋਸਤੋ ਐਮਡੀ ਜੌਬ ਅਲਰਟਸ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਦੋ ਬੱਖੋ ਬੱਖਰੀ ਨੋਟੀਫਿਕੇਸ਼ਨ ਲੈ ਕੇ ਹਾਜ਼ਰ ਹੋਏ ਹਾਂ ਜਿਸ ਦੇ ਵਿੱਚ ਇੱਕ ਕਾਲਜ ਦੇ ਵਿੱਚ ਭਰਤੀ ਹੈ ਤੇ ਦੂਸਰੀ ਇੱਕ ਸਕੂਲ ਦੇ ਵਿੱਚ ਭਰਤੀ ਹੈ ਨਾਨ ਟੀਚਿੰਗ ਤੇ ਟੀਚਿੰਗ ਸਟਾਫ ਦੇ ਪੋਸਟ ਆਈਆਂ ਨੇ ਪੂਰੀ ਡਿਟੇਲ ਦੇ ਵਿੱਚ ਜਾਣਕਾਰੀ ਲਈ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਣਾ ਅਗਰ ਤੁਸੀਂ ਇਸ ਚੈਨਲ ਦੇ ਉੱਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਚੈਨਲ ਨੂੰ ਸਬਸਕ੍ਰਾਈਬ ਕਰਨ ਦੇ ਨਾਲ ਨਾਲ ਬੈਲ ਬਟਨ ਨੂੰ ਵੀ ਦਬਾ ਦੇਵੋ ਤਾਂ ਕਿ ਪੰਜਾਬ ਸਟੇਟ ਵਿੱਚ ਆਉਣ ਵਾਲੀ ਹਰ ਇੱਕ ਅਸਾਮੀ ਸੰਬੰਧੀ ਜਾਣਕਾਰੀ ਪੇਪਰ ਸੰਬੰਧੀ ਜਾਣਕਾਰੀ ਜਾਂ ਕੋਈ ਵੀ ਨਵਾਂ ਅਪਡੇਟ ਆਉਂਦਾ ਹੈ ਉਸ ਵੰਦੀ ਜਾਣਕਾਰੀ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਇੱਕ ਸਾਡਾ ਜੀ ਟੈਲੀਗ੍ਰam ਚੈਨਲ ਵੀ ਹੈ ਜਿਸ ਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਮਿਲ ਜਾਵੇਗਾ ਸਾਡੇ ਟੈਲੀਗ੍ਰam ਚੈਨਲ ਨੂੰ ਜੁਆਇਨ ਕਰ ਲਓ ਜਿੱਥੇ ਅਸੀਂ ਹਰ ਇੱਕ ਵੀਡੀਓ ਦਾ ਲਿੰਕ ਕੋਈ ਵੀ ਪੰਜਾਬ ਦੇ ਵਿੱਚ ਰਿਜ਼ਲਟ ਆਉਂਦਾ ਉਸ ਦੀ ਪੀਡੀਐਫ ਫਾਈਲ ਜਾਂ ਕੋਈ ਨਵਾਂ ਅਪਡੇਟ ਆਉਂਦਾ ਹੈ ਉਸ ਦੀ ਪੀਡੀਐਫ ਫਾਈਲ ਅਸੀਂ ਅਪਲੋਡ ਕਰਦੇ ਹਾਂ ਜਿੱਥੇ ਤੁਸੀਂ ਡਾਊਨਲੋਡ ਕਰਕੇ ਦੇਖ ਸਕਦੇ ਹੋ ਚਲੋ ਆਪਾਂ ਵੀਡੀਓ ਸ਼ੁਰੂ ਕਰਦੇ ਹਾਂ ਤਾਨੂੰ ਦੱਸ ਤੀ ਕਿ ਲਗਾਤਾਰ ਜੋ ਪ੍ਰਾਈਵੇਟ ਸਕੂਲਾਂ ਦੇ ਵਿੱਚ ਵੀ ਲਗਾਤਾਰ ਨਵੇਂ ਸੈਸ਼ਨ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਲਗਾਤਾਰ ਅਸਾਮੀਆਂ ਆ ਰਹੀਆਂ ਨੇ ਤੇ ਅੱਜ ਅਸੀਂ ਇੱਕ ਕਾਲਜ ਦੇ ਵਿੱਚ ਤੇ ਸਕੂਲ ਦੇ ਵਿੱਚ ਭਰਤੀ ਆਈ ਹੈ ਉਸਦੇ ਦੋ ਬੱਖੋ ਬੱਖਰੇ ਨੋਟੀਫਿਕੇਸ਼ਨ ਨੇ ਪਹਿਲਾਂ ਪਹਿਲੇ ਨੋਟੀਫਿਕੇਸ਼ਨ ਦੀ ਗੱਲ ਕਰਾਂਗੇ ਫਿਰ ਆਪਾਂ ਦੂਸਰੇ ਨੋਟੀਫਿਕੇਸ਼ਨ ਵੱਲ ਵਧਾਂਗੇ ਇਸ ਕਰਕੇ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਣਾ ਚਲੋ ਆਪਾਂ ਵੀਡੀਓ ਵੱਲ ਵਧਦੇ ਹਾਂ ਨੋਟੀਫਿਕੇਸ਼ਨ ਨੰਬਰ 1 ਵੱਲ ਵਧਦੇ ਹਾਂ ਹਾਂਜੀ ਦੋਸਤੋ ਜੋ ਪਹਿਲਾ ਨੋਟੀਫਿਕੇਸ਼ਨ ਦੀ ਗੱਲ ਕਰੀਏ ਤਾਂ ਪਹਿਲਾ ਨੋਟੀਫਿਕੇਸ਼ਨ ਹੈ ਜੀ ਖਾਲਸਾ ਜੋ ਲਾਇਲਪੁਰ ਖਾਲਸਾ ਕਾਲਜ ਟੈਕਨੀਕਲ ਕੈਂਪਸ ਹੈ ਜੋ ਕਿ ਕੈਂਟਰੋਡ ਜਲੰਧਰ ਵਿਖੇ ਹੈ ਉਸ ਵੱਲੋਂ ਇਹ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ ਜੋ ਕਿ AICET ਅਪਰੂਵਡ ਹੈ ਤੇ ਐਫੀਲੀਏਟਡ ਟੂ IKGPTU PSBTE ਐਂਡ IT ਵੱਲੋਂ ਐਫੀਲੀਏਟਡ ਹੈ ਤੁਹਾਨੂੰ ਦੱਸ ਦਈਏ ਕਿ ਇਹਨਾਂ ਦੇ ਵੱਲੋਂ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜਿਸ ਦੇ ਵਿੱਚ ਪ੍ਰੋਫੈਸਰ ਐਸੋਸੀਏਟ ਪ੍ਰੋਫੈਸਰ ਅਸਿਸਟੈਂਟ ਪ੍ਰੋਫੈਸਰ ਦੀਆਂ ਪੋਸਟਾਂ ਆਈਆਂ ਨੇ ਜਿਨ੍ਹਾਂ ਨੇ ਕਿ ਬੀਟੈਕ ਸੀਐਸਸੀ, ਈਸੀ, ਐਮਈ, ਸਿਵਲ, ਬੀਐਸਸੀ, ਐਮਐਲਐਸ, ਰੇਡੀਓਲੋਜੀ ਐਂਡ ਮੈਡੀਕ ਟੈਕਨੋਲੋਜੀ, ਏਆਈ, ਐਮਐਲ, ਮੈਡੀਕਲ ਟੈਕਨੋਲੋਜੀ, ਅਨਥੀਸੀਆ, ਆਪਰੇਸ਼ਨ تھیਟਰ, ਗ੍ਰਾਫਿਕਸ ਐਂਡ ਵੈਬ ਡਿਜ਼ਾਈਨਿੰਗ, ਪੀਜੀ ਡਿਪਲੋਮਾ ਇਨ ਡਿਜੀਟਲ ਮਾਰਕੀਟਿੰਗ, ਪੀਜੀ ਡਿਪਲੋਮਾ ਇਨ ਮੋਬਾਈਲ ਟੈਕਨੋਲੋਜੀ, ਅਪਲਾਈਡ ਸਾਇੰਸ, ਮੈਥਮੈਟਿਕਸ, ਫਿਜ਼ਿਕਸ, ਕੈਮਿਸਟਰੀ, ਐਮਬੀਏ, ਐਮਸੀਏ ਹੋਟਲ ਮੈਨੇਜਮੈਂਟ ਮੈਨੇਜਮੈਂਟ ਐਂਡ ਕਮਿਊਨੀਕੇਸ਼ਨ ਸਕਿਲਜ਼ ਇਹਨਾਂ ਦੇ ਲਈ ਇਹ ਪ੍ਰੋਫੈਸਰ ਤੇ ਐਸੋਸੀਏਟ ਪ੍ਰੋਫੈਸਰ ਤੇ ਅਸਿਸਟੈਂਟ ਪ੍ਰੋਫੈਸਰ ਦੀਆਂ ਪੋਸਟਾਂ ਆਈਆਂ ਨੇ ਇਹ ਅਪਲਾਈ ਕਰ ਸਕਦੇ ਨੇ ਜੀ ਪੇ ਸਕੇਲ ਤੇ ਕੁਆਲੀਫਿਕੇਸ਼ਨ ਦੀ ਗੱਲ ਕਰੀ ਤਾਂ AICET ਐਂਡ PTU ਦੇ ਨੋਰਮਸ ਦੇ ਅਕੋਰਡਿੰਗ ਹੋਵੇਗੀ ਇਹਨਾਂ ਨੂੰ ਲੈਬ ਟੈਕਨੀਸ਼ੀਅਨ ਦੀ ਵੀ ਜ਼ਰੂਰਤ ਹੈ ਜੀ ਲੈਬ ਟੈਕਨੀਸ਼ੀਅਨ ਦੇ ਲਈ ਵੀ ਅਪਲਾਈ ਕਰ ਸਕਦੇ ਹੋ ਜੋ ਕਿ CSE, CME ਤੇ ਸਿਵਲ MLS ਹੋਟਲ ਮੈਨੇਜਮੈਂਟ ਦੇ ਲਈ ਚਾਹੀਦੇ ਨੇ ਜੀ ਅਪਲਾਈ ਕਿਵੇਂ ਕਰਨਾ ਹੈ ਤੁਹਾਨੂੰ ਲਿੰਕ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਵੀ ਮਿਲ ਜਾਵੇਗਾ ਨਹੀਂ ਤਾਂ ਤੁਸੀਂ ਡਿਸਕ੍ਰਿਪਸ਼ਨ ਦੇ ਵਿੱਚੋਂ ਨਹੀਂ ਮਿਲਦਾ ਤਾਂ ਤੁਸੀਂ ਟੈਲੀਗ੍ਰam ਚੈਨਲ ਦੇ ਉੱਤੇ ਜੁਆਇਨ ਕਰ ਲਓ ਜਿੱਥੇ ਤੁਹਾਨੂੰ ਇਹ ਲਿੰਕ ਮਿਲ ਜਾਵੇਗਾ ਜੋ ਕਿ ਤੁਸੀਂ 15 ਦਿਨਾਂ ਦੇ ਵਿੱਚ ਵਿੱਚ ਇਹ ਲਿੰਕ ਤੇ ਕਲਿੱਕ ਕਰਕੇ ਤੁਸੀਂ ਅਪਲਾਈ ਕਰ ਸਕਦੇ ਹੋ ਜੀ ਹੁਣ ਆਪਾਂ ਨੋਟੀਫਿਕੇਸ਼ਨ ਨੰਬਰ 2 ਵੱਲ ਵਧਦੇ ਹਾਂ ਜੀ ਜੋ ਨੋਟੀਫਿਕੇਸ਼ਨ ਨੰਬਰ 2 ਹੈ ਜੀ ਇਸ ਦੇ ਵਿੱਚ SPPS ਕਾਨਵੈਂਟ ਸਕੂਲ ਵੈਗੋਵਾਲ ਜੋ ਡਿਸਟ੍ਰਿਕਟ ਕਪੂਰਥਲਾ ਪੰਜਾਬ ਦੇ ਵਿੱਚ ਹੈ ਸੀਬੀਐਸਈ ਐਫੀਲੀਏਟਿਡ ਸਕੂਲ ਹੈ ਉਸ ਵੱਲੋਂ ਜਾਰੀ ਕੀਤਾ ਗਿਆ ਜਿਸ ਦੇ ਵਿੱਚ ਸਟਾਫ ਦੀ ਰਿਕੁਆਇਰਮੈਂਟ ਹੈ ਜੋ ਕਿ ਪੀਜੀਟੀ ਸਟਾਫ ਹੈ ਜਿਸ ਦੇ ਵਿੱਚ ਇੰਗਲਿਸ਼ ਦੀਆਂ ਪੋਸਟਾਂ ਨੇ ਅਕਾਊਂਟੈਂਸੀ ਦੀ ਪੋਸਟ ਹੈ ਜੀ ਮੈਥ ਦੀ ਪੋਸਟ ਹੈ ਜੀ ਜਿਸ ਦੇ ਵਿੱਚ ਸੈਲਰੀ ਦੀ ਗੱਲ ਕਰੀਏ ਜੀ 28000 ਤੋਂ 35000 ਰੁਪਏ ਪ੍ਰਤੀ ਮਹੀਨਾ ਤਨਖਾਹ ਦਿੱਤੀ ਜਾਵੇਗੀ ਪੀਜੀਟੀ ਦੇ ਲਈ ਉਸ ਤੋਂ ਬਾਅਦ ਟੀਜੀਟੀ ਕੰਪਿਊਟਰ ਇੰਗਲਿਸ਼ ਮੈਥ ਸਾਇੰਸ ਸੋਸ਼ਲ ਸਾਇੰਸ ਦੀਆਂ ਪੋਸਟਾਂ ਨੇ ਜੀ 22000 ਤੋਂ 28000 ਰੁਪਏ ਪ੍ਰਤੀ ਮਹੀਨਾ ਤਨਖਾਹ ਦਿੱਤੀ ਜਾਵੇਗੀ ਪੀਆਰਟੀਜੀ ਆਲ ਸਬਜੈਕਟਸ ਦੇ ਲਈ ਪੋਸਟਾਂ ਜਿਸ ਦੇ ਵਿੱਚ 18000 ਤੋਂ 22000 ਰੁਪਏ ਪ੍ਰਤੀ ਮਹੀਨਾ ਤਨਖਾਹ ਦਿੱਤੀ ਜਾਵੇਗੀ ਐਂਟੀਟੀਆਂ ਦੇ ਲਈ 15000 ਤੋਂ 18000 ਰੁਪਏ ਪ੍ਰਤੀ ਮਹੀਨਾ ਤਨਖਾਹ ਦਿੱਤੀ ਜਾਵੇਗੀ ਲਾਇਬ੍ਰੇਰੀਆਂ ਦੀਆਂ ਪੋਸਟਾਂ ਜੀ 15000 ਤੋਂ 18000 ਰੁਪਏ ਪ੍ਰਤੀ ਮਹੀਨਾ ਤਨਖਾਹ ਦਿੱਤੀ ਜਾਵੇਗੀ ਸਿੱਧੀ ਹੀ ਇੰਟਰਵਿਊ ਹੈ ਜੀ 27 ਫਰਵਰੀ 2022 ਨੂੰ ਇੰਟਰਵਿਊ ਹੋਵੇਗੀ ਸਕੂਲ ਕੈਂਪਸ ਦੇ ਵਿੱਚ 10:30 ਤੋਂ ਲੈ ਕੇ 1:30 ਵਜੇ ਤੱਕ ਇੰਟਰਵਿਊ ਦਾ ਸਮਾਂ ਹੈ ਤੇ ਤੁਸੀਂ ਆਪਣੇ ਜੋ ਰਿਜ਼ਿਊਮੇ ਨੇ ਜੀ ਮੇਲ ਕਰ ਦੇਣੇ ਨੇ ਜੀ SPPS ਕਨਵੈਂਟਸ school@hotmail.com ਦੇ ਉੱਤੇ ਤੁਸੀਂ ਆਪਣੇ ਰਜੂਮੇ ਜਲਦੀ ਤੋਂ ਜਲਦੀ ਸੈਂਡ ਕਰ ਦੇਵੋ ਤੇ 27 ਫਰਵਰੀ 2022 ਨੂੰ ਇੰਟਰਵਿਊ ਹੋਵੇਗੀ ਫ੍ਰੀ ਟਰਾਂਸਪੋਰਟ ਹੋਵੇਗੀ ਜੀ ਜਲੰਧਰ ਤੋਂ ਤੁਸੀਂ ਇਹਨਾਂ ਦੇ ਸਕੂਲ ਤੱਕ ਪਹੁੰਚਣ ਦੇ ਲਈ ਤੁਹਾਨੂੰ ਦੱਸ ਦਈਏ ਜੀ ਜਲੰਧਰ ਕਰਤਾਰਪੁਰ ਤੇ ਪੋਗਪੁਰ ਤੋਂ ਇਹ ਫ੍ਰੀ ਟਰਾਂਸਪੋਰਟ ਦਿੱਤੀ ਜਾਵੇਗੀ ਕੰਟੈਕਟ ਕਰ ਸਕਦੇ ਹੋ ਜਿੱਦਾਂ ਅਸੀਂ ਇਹਨਾਂ ਦੇ ਆਫੀਸ਼ੀਅਲ ਨੰਬਰ ਤੇ 9876365988 ਉੱਤੇ ਸੰਪਰਕ ਕਰਕੇ ਤੁਸੀਂ ਬਧਿਰੇ ਜਾਣਕਾਰੀ ਲੈ ਸਕਦੇ ਹੋ ਇੱਕ ਬੇਨਤੀ ਹੈ ਜੀ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਇਸ ਨਾਲ ਸਾਨੂੰ ਮੋਟੀਵੇਸ਼ਨ ਮਿਲਦਾ ਤੇ ਅੱਗੇ ਤੋਂ ਨਵੇਂ-ਨਵੇਂ ਅਸੀਂ ਵੀਡੀਓ ਤੁਹਾਡੇ ਤੱਕ ਲੈ ਕੇ ਹਾਜ਼ਰ ਹੁੰਦੇ ਰਹਾਂਗੇ ਹੁਣ ਮਿਲਦੇ ਆ ਨਵੇਂ ਵੀਡੀਓਜ਼ ਦੇ ਨਾਲ ਨਵੀਆਂ ਪੋਸਟਾਂ ਦੇ ਨਾਲ ਅੱਜ ਇੱਕ ਹੋਰ ਨਵੀਆਂ ਪੋਸਟਾਂ ਲੈ ਕੇ ਹਾਜ਼ਰ ਹੋਵਾਂਗਾ ਤਦ ਤੱਕ ਲਈ ਰੱਬ ਰਾਖਾ